ਅੱਜ ਤੁਹਾਡੀ ਮੁਲਾਕਾਤ ਹੈਰੀ ਦੁਗਰੀ ਵਾਲੇ ਨਾਲ ਕਰਾ ਰਹੇ ਹਾਂ, ਜਿਹੜੇ ਕਿ ਸਿੰਗਰ ਵੀ ਨੇ, ਰਾਈਟਰ ਵੀ ਨੇ ਔਰ ਡਾਇਰੈਕਟਰ ਵੀ ਨੇ ਮਿਊਜ਼ਿਕ। ਆਓ ਉਹਨਾਂ ਨਾਲ ਗੱਲਬਾਤ ਕਰਦੇ ਹਾਂ ਕਿਸ ਤਰ੍ਹਾਂ ਇਹਨਾਂ ਦੇ ਇੱਧਰ ਦਾ ਸਫ਼ਰ ਸ਼ੁਰੂ ਹੋਇਆ ਅਤੇ ਕਿਸ ਤਰ੍ਹਾਂ ਇਹਨਾਂ ਨੇ ਅਲੱਗ ਅਲੱਗ ਖੇਤਰਾਂ 'ਚ ਮਹਾਰਤ ਜਿਹੜੀ ਆ ਹਾਸਿਲ ਕੀਤੀ। ਹਾਂਜੀ, ਸਭ ਤੋਂ ਪਹਿਲਾਂ ਤਾਂ ਜੀ ਮੈਂ ਤੁਹਾਡਾ ਧੰਨਵਾਦ ਕਰਨਾ ਚਾਹੂੰਗਾ ਲੁਧਿਆਣਾ ਸਿਟੀ ਲਾਈਵ ਦਾ, ਜੋ ਤੁਸੀਂ ਉਰੇ ਆਏ ਅਤੇ ਮੈਂ ਬਹੁਤ ਧੰਨਵਾਦ ਜੀ ਤੁਹਾਡਾ। ਜੀ ਸਰ, ਆਪਣੇ ਸਫ਼ਰ ਬਾਰੇ ਦੱਸੋ, ਕਿਸ ਤਰ੍ਹਾਂ ਤੁਹਾਡਾ ਰਾਈਟਿੰਗ ਦਾ ਸਫ਼ਰ ਸ਼ੁਰੂ ਹੋਇਆ, ਕਿਸ ਤਰ੍ਹਾਂ ਡਾਇਰੈਕਟਰ ਦਾ ਸਫ਼ਰ ਸ਼ੁਰੂ ਹੋਇਆ ਅਤੇ ਕਿਸ ਤਰ੍ਹਾਂ ਸਿੰਗਿੰਗ ਵੱਲ ਰੁਝਾਨ ਹੈ? ਸਫ਼ਰ ਜੀ ਗਾਉਣ ਦਾ ਸ਼ੌਂਕ ਤਾਂ ਸ਼ੁਰੂ ਤੋਂ ਹੀ ਸੀਗਾ। ਜੀ ਜੀ। ਅਤੇ ਲਿਖਣਾ ਮੈਂ ਨੌਵੀਂ ਕਲਾਸ 'ਚ ਸ਼ੁਰੂ ਕੀਤਾ ਸੀ। ਜੀ ਜੀ। ਅਤੇ 2-3 ਸਾਲ ਤੋਂ ਮੈਂ ਸਟੂਡੀਓ ਚਲਾ ਰਿਹਾ ਹੁਣ ਲੁਧਿਆਣੇ 'ਚ। ਜੀ ਜੀ। ਅਤੇ ਬਸ ਇਹੀ। ਕਿੰਨੇ ਕੁ ਗਾਣੇ ਰਿਕਾਰਡ ਕਰਾਏ ਆ, ਕਿੰਨੇ ਕੁ ਆਪ ਦੇ ਕਰੇ ਆ, ਜਾਂ ਕਿੰਨੇ ਕੁ ਲੋਕਾਂ ਦੇ ਕਰੇ ਆ, ਕਿੰਨੇ ਕੁ ਗੀਤ ਲਿਖੇ ਆ? ਗੀਤ ਲਿਖੇ ਬਹੁਤ ਪਏ ਜੀ। ਜੀ ਜੀ। ਪਰ ਮੇਰੇ ਆਏ 3 ਗੀਤ ਰਿਕਾਰਡ ਹੋਏ ਮੇਰੇ। ਜੀ ਜੀ। ਅਤੇ 4-5 ਦਾ ਮੈਂ ਮਿਊਜ਼ਿਕ ਕੀਤਾ। ਜੀ ਜੀ। ਅਤੇ ਮੇਰੇ ਆਪਣੇ ਜਿਹੜੇ ਆਏ ਉਹ 5-7 ਆਏ ਨੇ। ਜ਼ਰੂਰ। ਹਾਂਜੀ, ਜਿਹੜੇ ਤੁਹਾਡੇ ਗੀਤ ਆਉਣ ਵਾਲੇ ਆ ਉਹ 2-2 ਲਾਈਨਾਂ ਜ਼ਰੂਰ ਸੁਣਾਓ। ਜ਼ਰੂਰ ਜੀ ਜ਼ਰੂਰ। ਸਭ ਤੋਂ ਪਹਿਲਾਂ ਤਾਂ ਆਪਣਾ ਨਵਾਂ ਗੀਤ ਆ ਰਿਹਾ ਜਿਹੜਾ ਮੁਲਾਜ਼ੇਦਾਰੀ, ਉਹਦੀਆਂ ਮੈਂ 2 ਲਾਈਨਾਂ ਸੁਣਾਊਂਗਾ ਤੁਹਾਨੂੰ। ਜੀ ਜੀ। ਹੋ ਗੋਰਾ ਗੋਰਾ ਰੰਗ ਕੁੜੀ ਪਤਲੀ ਪਤੰਗ, ਗੋਰਾ ਗੋਰਾ ਰੰਗ ਕੁੜੀ ਪਤਲੀ ਪਤੰਗ, ਅੱਖਾਂ ਬਿੱਲੀਆਂ ਚ ਸੁਰਮੇ ਦੀ ਧਾਰੀ, ਉਹ ਫੁੱਲ ਵਾਂਗੂ ਖਿੜੀ ਰਹਿੰਦੀ ਆ, ਨਵੀਂ ਲੱਗਦੀ ਕਿਸੇ ਦੇ ਨਾਲ ਯਾਰੀ, ਉਹ ਫੁੱਲ ਵਾਂਗੂ ਖਿੜੀ ਰਹਿੰਦੀ ਆ, ਨਵੀਂ ਲੱਗਦੀ ਮਲਾਜੇ ਧਾਰੀ, ਉਹ ਫੁੱਲ ਵਾਂਗੂ ਖਿੜੀ ਰਹਿੰਦੀ ਆ। ਇੱਕ ਮੇਰਾ ਜੀ ਹੋਰ ਮੈਂ ਤਿਆਰ ਕਰ ਰਿਹਾ ਜੀ ਗੀਤ, ਉਹ ਹੈਗਾ ਜੀ ਨਿੱਗਰ ਜੱਟ ਦੀ ਕਹਾਣੀ, ਸੋ ਸੁਣਾਊਂਗਾ ਤੁਹਾਨੂੰ। ਹੋ ਆਸ਼ਕੀਲੀ ਟਾਈਮ ਕਿੱਥੋਂ ਕੱਢਦਾ ਨੀ ਦੁੱਖ, ਪਹਿਲਾਂ ਹੋਰ ਮਾਰ ਗਏ ਨਿੱਤ ਔਕੜਾਂ ਦੇ ਨਾਲ, ਜੱਟ ਜੂਝਦਾ ਨੀ ਜੀਨਾ ਮੂਰੇ ਜੱਟ ਹਾਰ ਗਏ। ਆਸ਼ਕੀਲੀ ਟਾਈਮ ਕਿੱਥੋਂ ਕੱਢਦਾ ਨੀ ਦੁੱਖ, ਪਹਿਲਾਂ ਹੋਰ ਮਾਰ ਗਏ ਨਿੱਤ ਔਕੜਾਂ ਦੇ ਨਾਲ, ਜੱਟ ਜੂਝਦਾ ਨੀ ਜੀਨਾ ਮੂਰੇ ਜੱਟ ਹਾਰ ਗਏ। ਤੰਗ ਆ ਕੇ ਜੱਟ ਪੀਂਦਾ ਸਪਰੇ ਹਾਨੀ, ਦੱਸ ਕਿਵੇਂ ਬਚੇ ਸੋਹਣੀਏ, ਜੱਟ ਕਰਜ਼ੇ ਦੇ ਭਾਰ ਥੱਲੇ ਦੱਬਿਆ ਤੇ ਢਾਰੇ ਸਾਡੇ ਕੱਚੇ ਸੋਹਣੀਏ ਨੀ, ਜੱਟ ਕਰਜ਼ੇ ਦੇ ਭਾਰ ਥੱਲੇ ਦੱਬਿਆ ਤੇ ਢਾਰੇ ਸਾਡੇ ਕੱਚੇ ਸੋਹਣੀਏ। ਬਹੁਤ ਸੋਹਣਾ, ਬਹੁਤ ਧੰਨਵਾਦ ਤੁਸੀਂ। ਜੱਟਾ ਜਿਹੜਾ ਦਰਦ ਆ ਉਹ ਬਹੁਤ ਵਧੀਆ ਜੀ। ਬਿਲਕੁਲ ਬਿਲਕੁਲ। ਕੋਈ ਆਇਆ ਹੋਇਆ ਗੀਤ ਹੋਵੇ ਤੁਹਾਡਾ ਪਹਿਲਾਂ ਕੋਈ ਵਧੀਆ? ਮੇਰਾ ਹੀ ਗੀਤ, ਹਾਂਜੀ, ਮੇਰਾ ਗੀਤ ਇੱਕ ਆਇਆ ਸੀ ਮੈਡਮ ਜੀ, ਉਹ ਸੁਣਾਉਂਗਾ ਤੁਹਾਨੂੰ। ਜੀ ਉਹ ਮੈਡਮ ਦੇ ਸਿਲਕੀ ਸਿਲਕੀ ਬਾਲ ਤੇ ਬੋਡੀ ਗਾੜ ਜੇ ਰੱਖਦੀ, ਨਾਲ ਤੇ ਗੱਲਾਂ ਲੱਗਦੀਆਂ ਜਿਵੇਂ ਫਰੂਟ ਕੁੜੇ, ਉਹਦਾ ਹੋਟਲ ਵਾਲਾ ਰੂਟ ਕੁੜੇ, ਮੈਡਮ ਜੀ ਬਾਲੀ ਕੀ ਹੁੱਟ ਕੁੜੇ, ਉਹ ਪਾਉਂਦੀ ਫਿਰ ਫਿਰ ਸੂਟ ਕੁੜੇ। ਧੰਨਵਾਦ, ਬਹੁਤ ਸੋਹਣੇ। ਤੇ ਜਿਹੜਾ ਮਿਊਜ਼ਿਕ ਡਾਇਰੈਕਟਰ ਦਾ ਤੁਹਾਡਾ ਸਫ਼ਰ ਹੋਇਆ, ਉਹਦੇ ਬਾਰੇ ਵੀ ਜ਼ਰੂਰ ਦੱਸੋ ਵੀ ਕਿਸ ਤਰ੍ਹਾਂ ਇੱਧਰ ਰੁਝਾਨ ਆਇਆ ਤੁਹਾਨੂੰ? ਇਹ ਸਫ਼ਰ ਜੀ ਸ਼ੁਰੂ ਹੋਇਆ ਸੀਗਾ 3-4 ਸਾਲ ਪਹਿਲਾਂ ਹੀ। ਜੀ। ਪਹਿਲਾਂ ਮੈਂ ਕਾਫ਼ੀ ਜਗ੍ਹਾ ਸਿੱਖਣ ਵੀ ਗਿਆ ਪਰ ਸਿਖਾਉਂਦੇ ਨਹੀਂ ਸੀਗੇ। ਜੀ ਜੀ। ਕਾਫ਼ੀ ਚਾਹ ਹੀ ਬਣਵਾਉਂਦੇ ਰਹਿੰਦੇ ਸੀਗੇ ਉਹ। ਜੀ ਜੀ। ਤੇ ਬਹੁਤ ਸਟਰਗਲ ਕੀਤਾ ਜੀ ਉਦੋਂ ਤੋਂ। ਜੀ ਜੀ। ਤੇ ਮੇਰਾ ਸਿੱਖਿਆ ਫਿਰ ਮੈਂ ਫਿਰ ਯੂਟਿਊਬ ਹੋ ਗਿਆ। ਹਾਂਜੀ। ਮੈਂ ਜੀ ਇਹ ਕਹਿਣਾ ਚਾਹੂੰਗਾ ਨਾਲੇ ਤੇ ਕਿ ਯੂਟਿਊਬ ਬਹੁਤ ਵਧੀਆ ਗੁਰੂ ਆ ਜੀ। ਜੇ ਕੋਈ ਕੁਛ ਸਿੱਖਣਾ ਚਾਹੁੰਦਾ ਤਾਂ ਬਿਲਕੁਲ ਬਿਲਕੁਲ, ਇੰਟਰਨੈਟ ਦੀ ਸੇਵਾ ਬਹੁਤ ਵਧੀਆ ਚੀਜ਼ ਹੈ ਇਹ। ਤੇ ਉਸ ਤੋਂ ਮੈਂ ਸਿੱਖਿਆ ਤੇ ਪਹਿਲਾਂ ਤਾਂ ਕੰਪਿਊਟਰ ਵੀ ਨਹੀਂ ਹੁੰਦਾ ਸੀ। ਮੇਰਾ ਇੱਕ ਯਾਰ ਦੋਸਤ ਹੈ ਜੀ ਦੇਸਰਾ ਸਿੰਘ, ਐਡਵੋਕੇਟ ਆ ਜੀ ਉਹ, ਤੇ ਉਹਨੇ ਆਪਦਾ ਮੈਨੂੰ ਲੈਪਟੋਪ ਦਿੱਤਾ ਕੁਛ ਟਾਈਮ ਚਲਾਉਣ ਲਈ। ਹਾਂਜੀ, ਉਹ ਕਹਿੰਦਾ ਤੂੰ ਸਿੱਖ ਤੇ ਜਦੋਂ ਸਿੱਖ ਗਿਆ ਉਦੋਂ ਮੋੜ ਨਹੀਂ ਚਾਹੇ। ਤੇ 3-4 ਮਹੀਨੇ ਮੈਂ ਰੱਖਿਆ ਉਹਦਾ ਲੈਪਟੋਪ, ਉਹ ਤੋਂ ਸਿੱਖਿਆ ਤੇ ਫਿਰ ਮੈਂ ਅੱਗੇ ਆਪਣਾ ਲਿੱਤਾ ਜੀ। ਜੀ ਜੀ। ਹਾਂਜੀ। ਰਾਈਟਿੰਗ ਦਾ ਸਫ਼ਰ ਤੁਸੀਂ ਜਾਨੀ 9ਵੀਂ ਕਲਾਸ ਤੋਂ ਸ਼ੁਰੂ ਕਰ? ਹਾਂਜੀ ਹਾਂਜੀ ਹਾਂਜੀ। ਜਿਹੜਾ ਮਿਊਜ਼ਿਕ ਦਾ ਆਪਣਾ 3-4 ਸਾਲ ਹੋਇਆ। ਹਾਂਜੀ ਹਾਂਜੀ। ਪਹਿਲਾ ਗੀਤ ਮੇਰਾ 10ਵੀਂ 'ਚ ਹਾਂਜੀ, ਸਿੰਗਿੰਗ ਦਾ ਬਚਪਨ ਤੋਂ ਹੀ ਸੀਗਾ ਜੀ। ਅੱਛਾ ਅੱਛਾ। ਹਾਂਜੀ। ਬਚਪਨ ਤੋਂ ਸੀ ਤੇ ਗਾਣਾ ਕਦੋਂ ਸ਼ੁਰੂ ਪਾਇਆ, ਜਿਹੜਾ ਯੂਟਿਊਬ ਤੇ ਪਾਇਆ ਜਾਂ ਕਿਤੇ ਪਾਇਆ ਹੋਵੇ, ਕਿੰਨੇ ਕਦੋਂ ਪਾਇਆ? ਯੂਟਿਊਬ ਤੇ ਜੀ ਮੈਂ ਅਸਲ 'ਚ ਯੂਟਿਊਬ ਤੇ ਸਟਾਰਟਿੰਗ ਹੋਈ ਸੀ ਜੋ ਮੈਂ ਚੈਨਲ ਬਣਾਇਆ ਦੇਸੀ ਟੱਚ ਰਿਕਾਰਡਸ। ਜੀ ਜੀ। ਉਦੋਂ ਮੈਂ ਤੂੰ ਵੀ ਸਿਖਾਉਂਦਾ ਹੁੰਦਾ ਸੀਗਾ ਜੀ। ਹਾਂਜੀ, ਕਾਫੀ ਮੁੰਡੇ ਸਿੱਖਦੇ ਤੂੰ ਵੀ ਉੱਥੋਂ ਅਜੇ ਵੀ। ਜੀ ਜੀ। ਤੇ ਹੁਣ ਵੀ ਮੈਂ ਲੈਸਨ ਪਾਉਂਦਾ ਤੇ 5 ਕੁ ਸਾਲ ਪਹਿਲਾਂ ਮੈਂ ਆਪਣੇ ਗਾਣੇ ਪਾਉਣ ਲੱਗਿਆ ਉਹਦੇ ਤੇ। ਜੀ ਜੀ। ਹਾਂਜੀ। ਕਿਹੜਾ ਗਾਣਾ ਪਾਇਆ ਤੁਸੀਂ ਲੇਟੈਸਟ? ਲੇਟੈਸਟ ਜੀ ਮੇਰਾ ਆਹੀ ਮੈਡਮ ਜੀ ਆਇਆ ਸੀਗਾ। ਹਾਂਜੀ, ਜਿਹੜਾ ਹੁਣੇ ਸੁਣਾਇਆ ਤੁਹਾਨੂੰ। ਬਹੁਤ ਸੋਹਣਾ। ਹਾਂਜੀ। ਤੇ ਹੁਣ ਜਿਹੜੇ ਆਉਣ ਵਾਲੇ ਜਿਹੜੇ ਗਾਣੇ ਆ ਉਹ ਕਿਹੜੇ ਕਿਹੜੇ ਆ ਤੁਹਾਡੇ? ਆਉਣ ਵਾਲੇ ਗੀਤ ਜੀ, ਆਉਣ ਵਾਲੇ ਤਾਂ ਕਾਫੀ, ਮੈਂ ਐਲਬਮ ਦਾ ਸੋਚ ਰਿਹਾ ਹੁਣ ਜੀ। ਹਾਂਜੀ, 2-3 ਦੱਸ ਦੋ, ਜ਼ਿਆਦਾ ਨਾ ਦੱਸੋ ਤੁਹਾਨੂੰ। ਹਾਂਜੀ, ਜਿਵੇਂ ਕਿ ਮੈਂ ਤੁਹਾਨੂੰ ਦੱਸਣਾ ਚਾਹੂੰਗਾ। ਹਾਂਜੀ।
ਹਾਈਡਰੋਫਲੋਰਿਕ ਹੀ ਅੱਛਾ ਜੀ ਹਾਈਡਰੋਫਲੋਰਿਕ ਮੈਂ ਸੁਣਾ ਦਿੰਦਾ ਤੁਹਾਨੂੰ ਉਹ ਹੈ ਗਈ ਪੌਣੇ ਗਿੱਠ ਦੀ ਨਹੀਲ ਪਾ ਕੇ ਪੱਬ ਚੱਕਦੀ ਆਉਂਦੀ ਏ ਆਵਾਜ਼ ਯਾਰੋ ਠੱਕ ਠੱਕ ਦੀ ਪੌਣੇ ਗਿੱਠ ਦੀ ਨਹੀਲ ਪਾ ਕੇ ਪੱਬ ਚੱਕਦੀ ਆਉਂਦੀ ਏ ਆਵਾਜ਼ ਯਾਰੋ ਠੱਕ ਠੱਕ ਦੀ ਅੱਖ ਬਿੱਲੀ ਐਲ ਜੀ ਦੇ ਰੌਂਦ ਵਰਗੀ ਠਾ ਵੱਜੇ ਕਾਲਜੇ ਚ ਹੀ ਕਾਂ ਪਾੜਦੀ ਹੈਡਰੋ ਫਲੋਰਿਕ ਜੀ ਤੋਰ ਵੱਲੀਏ ਮੁੰਡਿਆਂ ਦੇ ਜਾਂਦੀਆਂ ਨੀ ਜ਼ੀਨੇ ਜ਼ਾੜਦੀ ਹੈਡਰੋ ਫਲੋਰਿਕ ਜੀ ਤੋਰ ਵੱਲੀਏ ਮੁੰਡਿਆਂ ਦੇ ਜਾਂਦੀਆਂ ਨੀ ਜ਼ੀਨੇ ਜ਼ਾੜਦੀ ਗਾਣੇ ਤੁਹਾਡੇ ਬਹੁਤ ਸੋਹਣੇ ਨੇ ਸਾਡੇ ਵੱਲੋਂ ਸ਼ੁਭਕਾਮਨਾ ਬਹੁਤ ਬਹੁਤ ਧੰਨਵਾਦ